Yesu mera mukti data ho kenda jama Yesu mera mukti data ho kenda jama ho kenda jama Naam japa me tira Naam japa me tira Yesu tiri राते सचिवी आपे येसु जिंदगी मियो आपे राते सचिवी आपे येसु जिंदगी मियो आपे Hallelujah, Tere Ant Sunava. Yesu hai o kalma jeda रब दिनार सी असलू येसु है ओ कलमा चेड़ा रब दिनार सी असलू ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਓ ਭੈਣ ਦੇ ਬੱਚਿਓ ਅੱਜ ਅਸੀਂ ਪਾਕਮਾ ਕਲੀਸਿਆ ਦੇ ਨਾਲ ਮਿਲ ਕੇ ਸੰਤ ਮਤਿਆਸ ਰਸੂਲ ਦੀ ਈਦ ਮਨਾ ਰਹੇ ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਸੰਤ ਮਤਿਆਸ ਦੀ ਚੋਣ ਬਾਅਦ ਵਿੱਚੋਂ ਹੋਈ ਸੀ ਖੁਦਾ ਨੇ ਆਪਣੀ ਮਰਜ਼ੀ ਦੇ ਨਾਲ ਸੰਤ ਮਤਿਆਸ ਨੂੰ ਆਪਣੇ ਰਸੂਲਾਂ ਦੀ ਸੰਗਤ ਦੇ ਵਿੱਚ ਦਾਖਲ ਕੀਤਾ ਬਿਲਕੁਲ ਉਸੇ ਤਰ੍ਹਾਂ ਪ੍ਰਭੂ ਯੇਸ਼ੂ ਨੇ ਸੰਤ ਪੌਲਸ ਨੂੰ ਵੀ ਚੁਣਿਆ ਸਾਊਲ ਤੋਂ ਉਸ ਨੂੰ ਪੌਲਸ ਬਣਾ ਦਿੱਤਾ ਪ੍ਰਭੂ ਦੇ ਹਰੇਕ ਸੰਤ ਨੇ ਆਪਣੀ ਜਾਨ ਨੂੰ ਇੱਕ ਜਿਉਂਦੀ ਜਾਗਦੀ ਅੰਜੀਲ ਦੇ ਵਾਂਗ ਲੋਕਾਂ ਦੇ ਸਾਹਮਣੇ ਕੁਰਬਾਨ ਕਰ ਦਿੱਤਾ ਕਿਉਂਕਿ ਇਹਨਾਂ ਸਭ ਰਸੂਲਾਂ ਚੰਗੀ ਤਰ੍ਹਾਂ ਜਾਣ ਲਿਆ ਸੀ ਕਿ ਸਾਡੇ ਜੀਵਨ ਦੀ ਸੰਪੂਰਨਤਾ ਸਾਡੇ ਪ੍ਰਭੂ ਦੇ ਵਿੱਚ ਹੈ ਜੋ ਮਨੁੱਖੀ ਜੀਵਨ ਉਹ ਕਦੇ ਨਾ ਕਦੇ ਖਤਮ ਹੋ ਜਾਵੇਗਾ ਜੋ ਸਰੀਰ ਹੈ ਇੱਕ ਨਾ ਦਿਨ ਇੱਕ ਮਿੱਟੀ ਵਿੱਚ ਮਿਲ ਜਾਵੇਗਾ ਪਰ ਜੋ ਸਾਡੀ ਰੂਹ ਹੈ ਉਹ ਸੰਪੂਰਨਤਾ ਖੋਜਦੀ ਹੈ ਅਤੇ ਸੰਪੂਰਨਤਾ ਸਿਰਫ ਸਾਡੇ ਪ੍ਰਭੂ ਯੇਸ਼ੂ ਮਸੀਹ ਦੇ ਵਿੱਚ ਹੈ ਉਸ ਦੇ ਰਸੂਲਾਂ ਨੇ ਆਪਣੇ ਜੀਵਨ ਦੇ ਰਾਹੀਂ ਇਹੀ ਗਵਾਹੀ ਦਿੱਤੀ
ਆਪਣੇ ਜੀਵਨ ਨੂੰ ਉਹਨਾਂ ਨੇ ਕੁਰਬਾਨ ਕਰ ਦਿੱਤਾ ਤਾਂ ਜੋ ਪ੍ਰਭੂ ਦੀ ਆਗਿਆ ਨੂੰ ਉਹ ਸਾਰੇ ਲੋਕਾਂ ਤੱਕ ਪਹੁੰਚਾ ਸਕਣ। ਜੇਕਰ ਉਸਦੇ ਰਸੂਲ ਚਾਹੁੰਦੇ ਤਾਂ ਉਹ ਰੋਮੀ ਸਾਮਰਾਜ ਦੇ ਨਾਲ, ਉਹਨਾਂ ਯਹੂਦੀਆਂ ਦੇ ਨਾਲ, ਧਰਮ ਗ੍ਰੰਥੀਆਂ ਦੇ ਨਾਲ ਸਮਝੌਤਾ ਕਰਕੇ ਆਪਣੇ ਆਪ ਨੂੰ ਲੁਕੋ ਕੇ ਰੱਖ ਸਕਦੇ ਸਨ, ਆਪਣੀ ਜਾਨਾਂ ਨੂੰ ਬਚਾ ਸਕਦੇ ਸਨ, ਆਪਣੇ ਸਰੀਰ ਨੂੰ ਹਮੇਸ਼ਾ ਸਹੀ ਰੱਖ ਸਕਦੇ ਸਨ। ਪਰ ਉਹਨਾਂ ਨੇ ਕਿਹਾ ਕਿ ਸਾਡੇ ਲਈ ਉਸ ਜਿਉਂਦੇ ਪਰਮੇਸ਼ਵਰ ਦੇ ਕਲਾਮ ਨੂੰ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਅਤੇ ਅਸੀਂ ਸਾਰੇ ਉਸ ਰਸੂਲੀ ਕਲੀਸੀਆ ਦੇ ਮੈਂਬਰ ਹਾਂ, ਉਸ ਮਹਾਨ ਕਲੀਸੀਆ ਦੇ ਅਸੀਂ ਸਾਰੇ ਸਦੱਸ ਹਾਂ। ਅਤੇ ਅੱਜ ਅਸੀਂ ਇਸ ਮਹਾਨ ਸੰਤ ਅਤੇ ਸ਼ਹੀਦ ਦੇ ਇਸ ਈਦ ਦੇ ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ ਹਾਂ। ਅਤੇ ਅਸੀਂ ਆਪਣੇ ਜੀਵਨ ਦੇ ਵਿੱਚ ਝਾਤ ਮਾਰ ਕੇ ਵੇਖੀਏ, ਉਹਨਾਂ ਸਭ ਮੁਕਾਮਾਂ ਨੂੰ, ਆਪਣੇ ਜੀਵਨ ਦੇ ਪੜਾਵਾਂ ਨੂੰ ਯਾਦ ਕਰੀਏ ਜਦੋਂ ਅਸੀਂ ਆਪਣੇ ਆਪ ਨੂੰ ਖੁਦਾ ਦੇ ਪਿਆਰ ਦੀ ਗਵਾਹੀ ਤੋਂ ਦੂਰ ਕਰ ਲਿਆ, ਜਦੋਂ ਅਸੀਂ ਆਪਣੇ ਕਿਸੇ ਨਿੱਜੀ ਸਵਾਰਥ ਦੇ ਕਰਕੇ ਪ੍ਰਭੂ ਦੀ ਅੰਜੀਲ ਨੂੰ ਦੂਸਰੇ ਲੋਕਾਂ ਤੱਕ ਨਹੀਂ ਪਹੁੰਚਾਇਆ। ਉਹਨਾਂ ਸਭ ਮੌਕਿਆਂ ਨੂੰ, ਗੁਨਾਹਾਂ ਨੂੰ, ਗਲਤੀਆਂ ਨੂੰ ਖੁਦਾ ਦੇ ਚਰਨਾਂ ਵਿੱਚ ਪੇਸ਼ ਕਰਦੇ ਹੋਏ ਉਸ ਤੋਂ ਮਾਫ਼ੀ ਅਤੇ ਸ਼ਿਫਾ ਹਾਸਲ ਕਰੀਏ। ਸਦਾ ਕੁਵਾਰੀ ਮਰੀਅਮ ਤੇ ਸਾਰੇ ਫਰਿਸ਼ਤੇ ਆਸਤਾਏਗੇ ਕੁਦਰਤ ਵਾ।
असी प्रार्थना करिए। ऐ खुदा, तेरी पाक मर्जी सी कि संत मत्तियास रसूलां दी संगत दे विच शामिल किया जावे। उस दी सिफारिश दे राही बख्श दे कि असी भी जो तेरे प्यार नूं विरसे विच मिलन दे कारण खुशी मनाउंदे हाँ, तेरे चुनिया होयां दे विच गिणे जाइए। साडे प्रभु यीशु मसीह तेरे बेटे दे राही जो तेरे नाल रूह पाक दी एकता विच इक खुदा जिउंदा अते राज करदा है सदा तो सदा तीकर। आमीन। चेलियां दे करतब उहदे एक बाप 15 तो 17 20 तो 26 ऐ तक। उन्हीं दिनी पतरस भरावां दे विचकार खड़ा होया। उत्थी दी संगत कुल मिला के लगभग 120 सी अते कहा, भराओ, उस पवित्र लिखत दा पूरा होना जरूरी सी जिस विच रूह पाक ने पहले ही दाऊद दे मुहों यहूदा बारे कहा सी जो उहनां लोकां दा आगू बनिया जिन्हां ने यीशू नूं गिरफ्तार कीता सी, क्योंकि उह साडे विच गिणिया गया सी अते इस सेवकाई विच उसदा हिस्सा मिथ्या गया सी, क्योंकि जबूरां दी पोथी विच इह लिखिया है, उसदा घर मकान उजड़ जावे अते उस विच रहण लई कोई ना होवे अते कोई होर उसदा अहुदा संभाले। इस लई उहनां आदमियां विचों जिहड़े ਉਹ ਸਾਰਾ ਸਮਾਂ ਸਾਡੇ ਨਾਲ ਰਹੇ ਹਨ ਜਦੋਂ ਪ੍ਰਭੂ ਯੇਸੂ ਸਾਡੇ ਵਿੱਚ ਆਉਂਦਾ ਜਾਂਦਾ ਸੀ, ਮਤਲਬ ਯਹੂਨਾ ਦੇ ਬਪਤਿਸਮੇ ਤੋਂ ਸ਼ੁਰੂ ਕਰਕੇ ਉਸ ਦਿਨ ਤੱਕ ਜਦੋਂ ਉਹ ਸਾਡੇ ਵਿੱਚੋਂ ਉਤਾਂਹ ਚੁੱਕ ਲਿਆ ਗਿਆ ਸੀ। ਉਹਨਾਂ ਆਦਮੀਆਂ ਵਿੱਚੋਂ ਇੱਕ ਨੂੰ ਅਸੀਂ ਚੁਣਿਆ ਜੋ ਸਾਡੇ ਨਾਲ ਉਸ ਦੇ ਫਿਰ ਜੀ ਉੱਠਣ ਦਾ ਗਵਾਹ ਬਣੇ। ਇਸ ਲਈ ਉਹਨਾਂ ਨੇ ਦੋ ਆਦਮੀਆਂ ਨੂੰ ਨਾਮਜ਼ਦ ਕੀਤਾ, ਯੂਸਫ ਜੋ ਬਰਸੱਬਾ ਅਖਵਾਉਂਦਾ ਸੀ ਜਿਸਦਾ ਦੂਜਾ ਨਾਂ ਸਦੀਕ ਅਤੇ ਮਿਥਿਆਸ। ਫਿਰ ਉਹਨਾਂ ਨੇ ਪ੍ਰਾਰਥਨਾ ਕੀਤੀ ਅਤੇ ਕਿਹਾ, ਪ੍ਰਭੂ ਤੂੰ ਸਾਰਿਆਂ ਦੇ ਦਿਲ ਜਾਣਦਾ ਹੈ, ਇਹ ਪ੍ਰਗਟ ਕਰ ਕਿ ਤੂੰ ਇਹਨਾਂ ਦੋਹਾਂ ਵਿੱਚੋਂ ਕਿਸ ਨੂੰ ਚੁਣਿਆ ਹੈ ਇਸ ਸੇਵਕਾਈ ਅਤੇ ਰਸੂਲੀ ਰੁਤਬੇ ਦੀ ਜਗ੍ਹਾ ਸੰਭਾਲੇ, ਜਿਸ ਤੋਂ ਯਹੂਦਾ ਮੂੰਹ ਮੋੜ ਕੇ ਲਾਂਭੇ ਹੋ ਗਿਆ ਤਾਂ ਜੋ ਉਹ ਆਪਣੇ ਹੀ ਅਸਥਾਨ 'ਤੇ ਜਾਵੇ। ਫਿਰ ਉਹਨਾਂ ਨੇ ਦੋਹਾਂ ਦੇ ਲਈ ਪਰਚੀਆਂ ਪਾਈਆਂ ਅਤੇ ਪਰਚੀ ਮਿਥਿਹਾਸ ਦੇ ਨਾਂ ਨਿਕਲੀ ਅਤੇ ਉਹ 11 ਰਸੂਲਾਂ ਨਾਲ ਸ਼ਾਮਲ ਕੀਤਾ ਗਿਆ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਧੰਨਵਾਦ ਹੋਵੇ। ਬੁਲੰਦਿਆ ਤੋਤੇ ਆਸਮਾਨ ਤੋਂ ਤੁਸੀਂ ਖੁਦਾ ਦੀ ਕਰੋ ਸਿਤਾਈ, ਬੁਲੰਦਿਆ ਤੋਤੇ ਆਸਮਾਨ ਤੋਂ ਤੁਸੀਂ ਖੁਦਾ ਦੀ ਕਰੋ ਸਿਤਾਈ। ਸਾਰੀ ਫੌਜੋ ਫਰਿਸ਼ਤੇ ਸਾਰੇ ਚੰਨ ਸੂਰਜ ਸਭ ਸਿਤਾਰੇ, ਸਾਰੀ ਫੌਜੋ ਫਰਿਸ਼ਤੇ ਸਾਰੇ ਚੰਨ ਸੂਰਜ ਸਭ ਸਿਤਾਰੇ, ਹਰ ਕੇ ਸਾਰੇ ਖੁਸ਼ੀ ਦੇ ਮਾਰੇ ਕਰੋ ਸਿਤਾਈ, ਕਰੋ ਸਿਤਾਈ, ਕਰੋ ਸਿਤਾਈ, ਸੁਦਾ ਬੰਦੀ ਕਰੋ ਸਿ
सिताई चरु सिताई आसमानो ते अर्श दे पानी ओ तारो आसमानो ते अर्श दे पानी ओ तारो ते इस गलू जरा पहचानो करो सिताई शरु सिताई करो सिताई ਯੇਸੂ ਦੇ ਕੋਲ ਮਿਲਣੀ ਤੈਨੂੰ ਰੇ ਹੋਏ ਯੇਸੂ ਦੇ ਕੋਲ ਮਿਲਣੀ ਤੈਨੂੰ ਰੇ ਹੋਏ ਤੇਰੇ ਗੁਨਾਹ ਦੇ ਕਰਕੇ ਰੱਬ ਤੋਂ ਜੁਦਾਈ ਤੇਰੇ ਗੁਨਾਹ ਦੇ ਕਰਕੇ ਰੱਬ ਤੋਂ ਜੁਦਾਈ ਬਣਕੇ ਮਸੀਹ ਬਰਾਬਰ ਬਣਕੇ ਮਸੀਹ ਬਰਾਬਰ ਦੇਵੇਗਾ ਮੇਲ ਕਰਾ ਬੋਲੋ ਹਾਲੇਲੂਯਾ ਬੋਲੋ ਹਾਲੇਲੂਯਾ ਬੋਲੋ ਹਾਲੇਲੂਯਾ ਬੋਲੋ ਹਾਲੇਲੂਯਾ ਉਹ ਮਾਫ ਕਰੇਗਾ ਤੇਰੀ ਸਾਰੀ ਸਜ਼ਾ ਉਹ ਮਾਫ ਕਰੇਗਾ ਤੇਰੀ ਸਾਰੀ ਸਜ਼ਾ ਬੋਲੋ ਹਾਲੇਲੂਯਾ ਬੋਲੋ ਹਾਲੇਲੂਯਾ ਬੋਲੋ ਹਾਲੇਲੂਯਾ ਬੋਲੋ ਹਾਲੇਲੂਯਾ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਪਾਠ ਪਵਿੱਤਰ ਅੰਜੀਲ ਦਾ ਸੰਤ ਯਹੂਨਾ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ ਜਿਸ ਤਰ੍ਹਾਂ ਬਾਪ ਨੇ ਮੈਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਪਿਆਰ ਕੀਤਾ ਹੈ ਮੇਰੇ ਪਿਆਰ ਦੇ ਵਿੱਚ ਬਣੇ ਰਹੋ ਜੇਕਰ ਤੁਸੀਂ ਮੇਰੀ ਆਗਿਆਵਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਮੇਰੇ ਪਿਆਰ ਦੇ ਵਿੱਚ ਬਣੇ ਰਹੋਗੇ ਜਿਸ ਤਰ੍ਹਾਂ ਮੈਂ ਆਪਣੇ ਬਾਪ ਦੀਆਂ ਆਗਿਆਵਾਂ ਦੀ ਪਾਲਣਾ ਕੀਤੀ ਹੈ ਅਤੇ ਉਸਦੇ ਪਿਆਰ ਦੇ ਵਿੱਚ ਬਣਿਆ ਰਹਿੰਦਾ ਹਾਂ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸੀਆਂ ਹਨ ਕਿ ਮੇਰਾ ਆਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਆਨੰਦ ਭਰਪੂਰ ਹੋਵੇ ਮੇਰੀ ਆਗਿਆ ਇਹ ਹੈ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਇਸ ਤੋਂ ਵੱਧ ਪਿਆਰ ਕਿਸੇ ਦਾ ਨਹੀਂ ਕਿ ਕੋਈ ਮਨੁੱਖ ਆਪਣੇ ਮਿੱਤਰਾਂ ਦੇ ਲਈ ਆਪਣੀ ਜਾਨ ਦੇ ਦੇਵੇ ਤੁਸੀਂ ਮੇਰੇ ਮਿੱਤਰ ਹੋ ਜੇਕਰ ਤੁਸੀਂ ਉਹ ਕਰੋ ਜਿਸ ਦੀ ਮੈਂ ਤੁਹਾਨੂੰ ਆਗਿਆ ਦਿੰਦਾ ਹਾਂ ਅੱਗੇ ਤੋਂ ਮੈਂ ਤੁਹਾਨੂੰ ਨੌਕਰ ਨਹੀਂ ਆਖਾਂਗਾ ਕਿਉਂਕਿ ਨੌਕਰ ਨਹੀਂ ਜਾਣਦਾ ਕਿ ਉਸਦਾ ਮਾਲਕ ਕੀ ਕਰਦਾ ਹੈ ਪਰੰਤੂ ਮੈਂ ਤੁਹਾਨੂੰ ਮਿੱਤਰ ਆਖਿਆ ਹੈ ਕਿਉਂਕਿ ਜੋ ਕੁਝ ਮੈਂ ਆਪਣੇ ਬਾਪ ਕੋਲੋਂ ਸੁਣਿਆ ਹੈ ਉਹ ਸਭ ਮੈਂ ਤੁਹਾਨੂੰ ਦੱਸ ਦਿੱਤਾ ਹੈ ਤੁਸੀਂ ਮੈਨੂੰ ਨਹੀਂ ਚੁਣਿਆ ਸਗੋਂ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ ਕਿ ਤੁਸੀਂ ਜਾਓ ਅਤੇ ਫਲ ਪੈਦਾ ਕਰੋ ਅਤੇ ਤੁਹਾਡਾ ਫਲ ਕਾਇਮ ਰਹੇ ਤਾਂ ਜੋ ਤੁਸੀਂ ਮੇਰੇ ਨਾਮ 'ਤੇ ਬਾਪ ਕੋਲੋਂ ਜੋ ਕੁਝ ਵੀ ਮੰਗੋ ਬਾਪ ਉਹ ਤੁਹਾਨੂੰ ਦੇ ਦੇਵੇ ਮੈਂ ਤੁਹਾਨੂੰ ਇਹ ਆਗਿਆ ਦਿੰਦਾ ਹਾਂ ਇੱਕ ਦੂਜੇ ਨੂੰ ਪਿਆਰ ਕਰੋ ਇਹ ਸਾਡੇ ਪ੍ਰਭੂ ਦੀ ਪਵਿੱਤਰ ਅੰਜੀਲ ਹੈ ਤੇਰੀ ਮਹਿਮਾ ਹੋਵੇ ਹੈ ਮਸੀਹਾ ਪ੍ਰਭੂ ਯੇਸ਼ੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਵੋ ਭੈਣੋ ਅਤੇ ਬੱਚਿਓ ਸਾਰਿਆਂ ਨੂੰ ਜੈ ਯੇਸ਼ੂ ਮਸੀਹ ਦੀ ਜੈ ਯੇਸ਼ੂ ਮਸੀਹ ਦੀ ਅੱਜ ਅਸੀਂ ਸੰਤ ਮਤਿਆਸ ਉਸਦੇ ਜੀਵਨ ਉਸਦੇ ਸਮਰਪਣ ਅਤੇ ਉਸਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ ਪਾਕਮਾ ਕਲੀਸੀਆ ਅੱਜ ਪਹਿਲੇ ਪਾਠ ਦੇ ਰਾਹੀਂ ਸਾਨੂੰ ਦੱਸਦੀ ਹੈ
कि किस तरह प्रभु की पवित्र योजना अनुसार संत मत्तियास की चोण हुई तां जो खाली जगह यहूदा इस्करियोती दे विश्वासघात नाल बनी सी वह भरी जा सके। हुण कलाम जो पहले पाठ दे विच सानू सुनाया गया उस दे विच बड़े साफ शब्दों विच लिखा होया है। संत पत्रस बाकी सब लोगों नू समझाउंदा है कि हुण एक जगह खाली है अते प्रभु का कलाम सानू दसदा है कि उस जगह सानू किसी की चोण करनी चाहीदी है। संत पत्रस जदों अपने भरावां दे नाल अपनी उस संगत दे नाल सलाह मशवरा करता है तो सारे इस गल ते राजी हुंदे हन कि असी इस थां दे लई सिर्फ उसकी चोण करांगे जो प्रभु दे पुनरुत्थान का गवाह है। प्रभु दे चमत्कारां दा गवाह नहीं, प्रभु दे वड्डे वड्डे उन्हां कम्मां दा गवाह नहीं, सगों प्रभु दे पुनरुत्थान दा गवाह। यह सच्चाई समझना साडे लई बहुत जरूरी है। प्रभु ने अपने चेलियां नूं हमेशा समझाया सी कि जो मनुख दा पुत्तर है उसनूं धर्म ग्रंथी फड़नगे, उसनूं सज़ा देणगे, मारिया भी जाएगा, पर वह तीसरे दिन मुरदियां विच्चों जी उठेगा। प्रभु ने अपने रसूलों नूं हमेशा इस सच्चाई दे लई तैयार किया कि तुसीं ये जाणो, ये समझो कि मैं तुहानूं मच्छियां दे फड़न वाला नहीं, मैं तुहानूं मनुखां दे फड़न वाला बना रहा हाँ। तो मनुखां नूं कौन फड़ सकता है? असी किसी मनुख नूं किस तरह आकर्षित कर सकते हाँ? जदों असी किसी मनुख नूं ये दसीए कि जिन्हां सच्चाइयां उत्ते तू भरोसा रखता है वह सब दुनियावी ने, एक दिन सब खत्म होवेगा, पर एक अजिही सच्चाई है जो अनंत है, एक अजिही सच्चाई है जो सानू अनंत जीवन दे सकती है। तो जदों मनुख अजिही सच्चाई बारे सुनता है तो वह लोचता है कि मैं उस सच्चाई नू जाना। तो प्रभु संत यूहन्ना दी अंजील 14:6 विच आखदे हन कि मैं राह सच्चाई अते जीवन हाँ। साडा प्रभु वह सच्चाई है, वह सच्चाई जो अनंत है, कोई भी मनुखी दायरा उसनू बन नहीं सकता। साडा प्रभु वह जीवन है, वह सच्चाई है जो सानू भी उस अनंत जीवन दे नाल भरपूर कर सकती है जेकर असी विश्वास करिए। संत मत्तियास दी चोण हुई ते उस महान संत ने अपनी उस पदवी नू, अपने उस रुतबे नू कमंड दा जरिया नहीं मन्निया। उसने लोकां सामने ये नहीं किया कि मैं चुनिया गया हाँ, मेरी इज्जत करो या मैनू कोई खास स्थान दो। उसने अपने जीवन नू अपने प्रभु दे लई कुर्बान कर दिता। साडे लई भी प्रभु दा ये सद्दा है जो प्रभु अज सानू अंजील दे विच आखदा है। प्रभु कहिंदा है मेरी आग्या है कि तुसी एक दूसरे नू प्यार करो। संत यूहन्ना अपने पहले पत्र 4:7-9 ऐत विच सानू आखदे हन खुदा प्यार है। जो कोई प्यार करता है वह खुदा नू जानता है। जो कोई किसे अपने भरा भैन नू दे दुख दे विच दिलासा दिंदा है, उसनू प्यार करता है, उसका सहारा बनता है, वह है जो खुदा नू जानता है। अते जो प्यार नहीं करता वह खुदा नू नहीं जानता है। जो खुदा का सेवक अपने लोकां दे नाल रूबरू नहीं हो सकता वह प्रभु नू नहीं जानता है, क्योंकि प्रभु ने अपने आप नू कदे भी अपने लोकां तो वख नहीं किया। जेकर यकी दरख्त ते चढ़िया तो प्रभु ने कहा यकी थले आ, क्योंकि मैं तेरे घर में जाऊँगा, तेरे नाल मैं भोजन करूँगा। जेकर उस औरत ने बिना किसी दे नॉलेज दे, बिना किसी दे जानन दे प्रभु दे उस चोगी नू छू लिया तो प्रभु ने उसनू भी वख नहीं होन दिता, तो उसनू भी कहा किसने मैनू छूया है, उसनू भी अपने कोल सद्दिया। जदों कोई अन्ना बहुत दूर बैठ के चिल्ला रहा सी, लोगों ने उसनू कोल आन नहीं दिता, प्रभु ने कहा नहीं उसनू मेरे को लेके आओ। यह प्रभु का प्यार है।
ਪ੍ਰਭੂ ਆਪਣੇ ਲੋਕਾਂ ਨੂੰ ਕਿਤੇ ਦੂਰ ਨਹੀਂ ਰੱਖ ਸਕਦਾ, ਸਗੋਂ ਪ੍ਰਭੂ ਹਮੇਸ਼ਾ ਆਪਣੇ ਲੋਕਾਂ ਨੂੰ ਆਪਣੇ ਕੋਲ ਸੱਦਾ ਹੈ। ਅਸੀਂ ਸਾਰੇ ਵੀ ਪ੍ਰਭੂ ਦੀ ਉਸ ਦਿਨਾਈ ਦੇ ਨਾਲ, ਉਸ ਰੂਹਾਨੀਅਤ ਨਾਲ ਭਰੇ ਹੋਏ ਹਾਂ। ਜੇਕਰ ਅਸੀਂ ਪਾਕ ਤਸਲੀਸ ਦੇ ਨਾਂ 'ਤੇ ਬਪਤੀਸਮਾ ਲਿਆ ਹੈ ਤਾਂ ਸਾਡੇ ਵਿੱਚੋਂ ਹਰ ਕੋਈ ਪ੍ਰਭੂ ਦੇ ਉਸ ਪਿਆਰ ਦੇ ਸੱਦੇ ਦੇ ਨਾਲ ਭਰਿਆ ਹੋਇਆ ਹੈ, ਅਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਦੂਸਰਿਆਂ ਨੂੰ ਪਿਆਰ ਕਰੀਏ। ਪ੍ਰਭੂ ਆਖਦਾ ਹੈ, ਮੈਂ ਤੁਹਾਨੂੰ ਸੇਵਕ ਨਹੀਂ ਆਖਦਾ, ਤੁਸੀਂ ਤਾਂ ਮੇਰੇ ਮਿੱਤਰ ਹੋ। ਅਤੇ ਜੇਕਰ ਸਾਡਾ ਕੋਈ ਮਿੱਤਰ ਸਾਨੂੰ ਇੱਕ ਬਹੁਤ ਵਧੀਆ ਬਹੁਮੁੱਲਾ ਗਿਫਟ ਦਿੰਦਾ ਹੈ, ਤੋਹਫ਼ਾ ਦਿੰਦਾ ਹੈ, ਕਿ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਉਸਨੂੰ ਸਾਂਭ ਕੇ ਰੱਖੀਏ? ਸਾਡਾ ਫਰਜ਼ ਬਣਦਾ ਹੈ। ਅਤੇ ਪ੍ਰਭੂ ਨੇ ਸਾਨੂੰ ਇੱਕ ਤੋਹਫ਼ਾ ਦਿੱਤਾ ਹੈ, ਅਤੇ ਤੋਹਫ਼ਾ ਕੀ ਹੈ? ਪਿਆਰ। ਸੰਤ ਯੂਹੰਨਾ ਦੀ ਅੰਜੀਲ 3:16 ਐਤ ਕੀ ਆਖਦੀ ਹੈ ਕਿ ਖੁਦਾ ਨੇ ਸੰਸਾਰ ਦੇ ਨਾਲ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ। ਅੱਜ ਅਸੀਂ ਉਸ ਪ੍ਰਭੂ ਦੇ ਸੱਦੇ ਅਨੁਸਾਰ ਜੀਵਨ ਬਿਤਾਉਣ ਦੇ ਲਈ ਸੱਦੇ ਗਏ ਹਾਂ। ਜੇਕਰ ਪ੍ਰਭੂ ਨੇ ਮੈਨੂੰ ਪਿਆਰ ਕੀਤਾ, ਆਪਣੇ ਇਕਲੌਤੇ ਬੇਟੇ ਨੂੰ ਮੇਰੇ ਲਈ ਬਖਸ਼ ਦਿੱਤਾ, ਤਾਂ ਅੱਜ ਇਹ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੇ ਆਪ ਨੂੰ ਖੁਦਾ ਦੇ ਪਿਆਰ ਦੇ ਲਈ ਦੂਸਰਿਆਂ ਦੀ ਸੇਵਾ ਦੇ ਵਿੱਚ ਨਿਉਛਾਵਰ ਕਰ ਦੇਵਾਂ, ਆਪਣੇ ਲੋਕਾਂ ਤੱਕ ਪਹੁੰਚਾਂ। ਇਸ ਲਈ ਪ੍ਰਭੂ ਦੇ ਮਿੱਤਰ, ਪ੍ਰਭੂ ਦੇ ਸੇਵਕ, ਪ੍ਰਭੂ ਦੇ ਮਖਸੂਸੀਅਤ ਭਰੇ ਵਿਅਕਤੀ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੋਵੇਗੀ ਕਿ ਆਪਣੇ ਲੋਕਾਂ ਦੇ ਨਾਲ ਰੂਬਰੂ ਹੁੰਦਾ ਹੈ, ਆਪਣੇ ਲੋਕਾਂ ਨੂੰ ਪਿਆਰ ਕਰਦਾ ਹੈ। ਕੋਈ ਵੀ ਦੁਨਿਆਵੀ ਬੰਦਿਸ਼ ਉਸ ਨੂੰ ਆਪਣੇ ਲੋਕਾਂ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦੀ। ਇਹ ਸਾਡਾ ਸੱਦਾ ਹੈ, ਆਓ ਇਸ ਸੱਦੇ ਨੂੰ ਪਹਿਚਾਨੀਏ। ਸੰਤ ਮਤੀਆਸ ਦੇ ਵਾਂਗ ਅਸੀਂ ਵੀ ਆਪਣੇ ਜੀਵਨ ਨੂੰ ਖੁਦਾ ਦੇ ਲਈ ਨਿਉਛਾਵਰ ਕਰ ਦਈਏ। ਜਾਣੀਏ ਕਿ ਪ੍ਰਭੂ ਉਹਨਾਂ ਨੂੰ ਚੁਣਦਾ ਹੈ ਜੋ ਕਿ ਉਸ ਦੇ ਪੁਨਰਉਥਾਨ ਦੇ ਗਵਾਹ ਹਨ। ਅਤੇ ਹੁਣ ਇਹ ਜੋ ਸਮਾਂ ਪਾਸਕਾ ਦਾ ਸਮਾਂ ਹੈ, ਪਾਸਕਾ ਦਾ ਮੌਸਮ ਹੈ, ਅਤੇ ਅਸੀਂ ਜਾਣਦੇ ਹਾਂ ਕਿ ਜਦੋਂ ਗਰਮੀ ਦਾ ਮੌਸਮ ਆਉਂਦਾ ਹੈ ਸਾਡਾ ਪਹਿਰਾਵਾ ਬਦਲ ਜਾਂਦਾ ਹੈ, ਸਾਡੇ ਖਾਣ ਪੀਣ ਦੀ ਆਦਤ ਬਦਲ ਜਾਂਦੀ ਹੈ, ਸਾਡੇ ਰਹਿਣ ਸਹਿਣ ਦਾ ਤਰੀਕਾ ਬਦਲ ਜਾਂਦਾ ਹੈ, ਕਿਉਂਕਿ ਉਹ ਮੌਸਮ ਸਾਡੀ ਸੋਚ, ਸਾਡੇ ਪਹਿਰਾਵੇ, ਸਾਡੇ ਖਾਣ ਪੀਣ, ਸਾਡੇ ਉੱਠਣ ਬੈਠਣ, ਸਾਡੇ ਸਮੇਂ ਸਾਰਨੀ ਉੱਤੇ ਪ੍ਰਭਾਵ ਪਾਉਂਦਾ ਹੈ। ਬਿਲਕੁਲ ਉਸੇ ਤਰ੍ਹਾਂ ਇਹ ਪਾਸਕਾ ਦਾ ਸਮਾਂ ਹੈ, ਮੌਸਮ ਹੈ। ਉਸ ਪੁਨਰਉਥਾਨ ਨੂੰ ਪਹਿਚਾਨੋ, ਉਹ ਪੁਨਰਉਥਾਨ ਤੁਹਾਡੀ ਜੀਵਨੀ ਵਿੱਚ ਹੋਵੇ, ਤੁਹਾਡੇ ਉੱਠਣ ਬੈਠਣ ਵਿੱਚ ਹੋਵੇ, ਤੁਹਾਡੀ ਬੋਲਚਾਲ ਦੇ ਵਿੱਚ ਹੋਵੇ, ਤੁਹਾਡੀ ਖੁਸ਼ੀ ਦੇ ਵਿੱਚ ਹੋਵੇ, ਤੁਹਾਡੇ ਹਰੇਕ ਸਮੇਂ ਅਤੇ ਪੜਾਅ ਦੇ ਵਿੱਚ ਹੋਵੇ, ਤਾਂ ਜੋ ਅਸੀਂ ਵੀ ਸੰਤ ਮਤੀਆਸ ਦੇ ਵਾਂਗ ਉਸ ਪੁਨਰਉਥਾਨ ਦੇ ਨੇਕ ਗਵਾਹ ਬਣ ਸਕੀਏ। ਅਤੇ ਸਾਡਾ ਜਿਉਂਦਾ ਪਰਮੇਸ਼ਵਰ ਅਸਾਂ ਸਾਰਿਆਂ ਨੂੰ ਆਪਣੇ ਪੁਨਰਉਥਾਨ ਦੇ ਨੇਕ ਗਵਾਹ ਬਣਾਏ, ਅਤੇ ਇਸ ਕਲਾਮ ਦੇ ਸੁਣੇ ਜਾਣ 'ਤੇ ਅਤੇ ਇਸ ਦੇ ਅਮਲ ਵਿੱਚ ਲਿਆਏ ਜਾਣ 'ਤੇ ਅਸੀਂ ਸਾਰੇ ਉਸ ਦੀ ਬਰਕਤਾਂ ਅਤੇ ਪਿਆਰ ਦੇ ਨਾਲ ਭਰਪੂਰ ਹੋ ਜਾਈਏ। ਆਮੀਨ। मेरे मन कर ले तारीफ, तारीफ के योग्य प्रभु है, उसने किए है बड़े बड़े काम, उसकी हो महिमा से सदा। मेरे मन कर ले तारीफ, जो तुम लाए हो कर लो से तुम दान, भेंट जो तुम लाए हो कर लो यो से तुम दान, दिल से चढ़ाए मिलकर हम धन्यवादों के ये बलिदान, कर ले तारीफ, तारीफ के योग्य प्रभु है, उसने किए है बड़े बड़े काम, उसकी हो महिमा से सदा। मेरे मन कर ले तारीफ,
ਭੈਣੋ ਤੇ ਭਰਾਓ ਪ੍ਰਾਰਥਨਾ ਕਰੋ ਕਿ ਸਾਡਾ ਸੁਰ ਸ਼ਕਤੀਮਾਨ ਖੁਦਾ ਬਾਪ ਮੇਰੀ ਅਤੇ ਤੁਹਾਡੀ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ ਪ੍ਰਭੂ ਸਾਡੇ ਇਮਾਨ ਦੇ ਪ੍ਰਗਟਾਵੇ ਦੇ ਵਜੋਂ ਇਹਨਾਂ ਨਜ਼ਰਾਨਿਆਂ ਨੂੰ ਪ੍ਰਵਾਨ ਕਰ ਬਖਸ਼ ਦੇ ਕਿ ਤੇਰੇ ਪਾਕ ਨਾਂ ਦੀ ਮਹਿਮਾ ਕਰਨ ਅਤੇ ਦੁਨੀਆਂ ਦੇ ਲਈ ਨਜ਼ਾਦ ਦਾ ਵਸੀਲਾ ਬਣਨ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੇਨ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਤੁਸੀਂ ਆਪਣੇ ਦਿਲ ਪ੍ਰਭੂ ਦੇ ਵੱਲ ਲਗਾਓ ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ ਇਹ ਸਹੀ ਅਤੇ ਯੋਗ ਹੈ ਹੈ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਅਤੇ ਕਾਲ ਖੁਦਾ ਇਹ ਸੱਚਮੁੱਚ ਸਹੀ ਅਤੇ ਯੋਗ ਹੈ ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ ਬਰਕਤਾਂ ਦੇ ਇਸ ਸਮੇਂ ਅਸੀਂ ਹਮੇਸ਼ਾ ਨਾਲੋਂ ਵਧੇਰੇ ਖੁਸ਼ੀ ਦੇ ਨਾਲ ਤੇਰੀ ਵਡਿਆਈ ਕਰਦੇ ਹਾਂ ਜਦੋਂ ਮਸੀਹ ਸਾਡੇ ਲਈ ਕੁਰਬਾਨ ਹੋਇਆ ਉਹ ਸੱਚਾ ਲੇਲਾ ਹੈ ਜਿਸਨੇ ਦੁਨੀਆਂ ਦੇ ਪਾਪਾਂ ਨੂੰ ਚੁੱਕ ਲਿਆ ਹੈ ਆਪਣੀ ਮੌਤ ਦੇ ਨਾਲ ਉਸਨੇ ਸਾਡੀ ਮੌਤ ਨੂੰ ਨਾਸ਼ ਕਰ ਦਿੱਤਾ ਹੈ ਅਤੇ ਫਿਰ ਜੀ ਉੱਠਣ ਦੇ ਨਾਲ ਸਾਡੇ ਜੀਵਨ ਨੂੰ ਮੁੜ ਬਹਾਲ ਕੀਤਾ ਹੈ ਇਸ ਲਈ ਅਸੀਂ ਆਪਣੀ ਖੁਸ਼ੀ ਦੇ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜਥਿਆਂ ਦੇ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਲਗਾਤਾਰ ਇਹ ਐਲਾਨ ਕਰਦੇ ਹਾਂ ਪਾਕ 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 ਖੁਦਾਵੰਦ ਹੈ ਸਦਾ ਪਾਕ 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 ਫਰਿਸ਼ਤੇ ਕੌਣ ਸਦਾ ਪਾਕ 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 ਖੁਦਾਵੰਦ ਹੈ ਸਦਾ ਪਾਕ 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 ਫਰਿਸ਼ਤੇ ਕੌਣ ਸਦਾ ਖੁਦਾਵੰਦ ਸਦਾ ਖੁਦਾਵੰਦ ਸਦਾ ਖੁਦਾਵੰਦ ਸਦਾ ਲਸ਼ਕਰਾਂ ਦਾ ਖੁਦਾ ਖੁਦਾਵੰਦ ਸਦਾ ਖੁਦਾਵੰਦ ਸਦਾ ਖੁਦਾਵੰਦ ਸਦਾ ਲਸ਼ਕਰਾਂ ਦਾ ਖੁਦਾ ਪਾਕ 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 ਖੁਦਾਵੰਦ ਹੈ ਸਦਾ ਪਾਕ 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 ਫਰਿਸ਼ਤੇ ਕੌਣ ਸਦਾ ਸਮਾਨ ਭਰਪੂਰ ਹਨ ਨਾਲੇ ਤੇਰੇ ਵਡਿਆਈਆਂ ਸਦਾ
तन है जो आंदा खुदावन दे नाते ओ तन है जो आंदा खुदावन दे नाते ओ खुदावन सदा खुदावन सदा खुदावन सदा लश्कराता खुदा खुदावन सदा खुदावन सदा खुदावन सदा लश्कराता खुदा पाक 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 खुदावन है सदा पाक 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 फरिश्ते कौन सदा है प्रभु तू सचमुच पाक है अदे सब पवित्रता दा सोमा है इसलिए असी बेनती करते हाँ कि जिस तरह त्रेल पैंदी है उस तरह तू अपने रूप पाक नू भेज के इन नजराने नू पवित्र कर ता जो साडे लई साडे प्रभु यीशु मसीह दा बदन अते लहू बन जावे उसने अपनी मर्जी नाल अपने आप नू दुख तसीहां लई सौंपदे हुए रोटी लई धन्यवाद करदिया रोटी तोड़ी अते अपने चेलियां दिती ए आखदे हुए तुसी सारे ए लो अते इस विचों खाओ क्यों जो ए मेरा बदन है जिहड़ा तुहाडे लई कुर्बान कीता जावेगा इसे तरह भोजन करन दे पिछों उसने प्याला लिया तेरी वडियाई अते धन्नवाद कीता प्याला अपने चेलियां दिता ए आखदे हुए तुसी सारे ए लो अते इस विचों पियो क्यों जो ए मेरे लहू दा प्याला है नवें अते सदीवी नेम दा लहू जो तुहाडे अते बहुतियां वास्ते गुनाहां दी माफ़ी दे लई वहाया जावेगा मेरी याद दे विच ए करिया करो ईमान दा पेद मसीहा मर गया है मसीहा जी उठया है मसीहा महिमा दे नाल फिर आवेगा ऐ प्रभु असी इस मसीह दी मौत अते उस दे जी उठण दी यादगारी नूं मनांदे होए तैनूं जीवन दी रोटी अते मुक्ति दा प्याला चढ़ाउंदे हां असी तेरा धन्नवाद करदे हां क्यों जो तू सानूं इस योग ठहराया कि असी तेरी हजूरी विच दाखल हो के तेरी सेवा करिए असी हलीमी दे नाल दुआ करदे हां कि मसीह दे बदन अते लहू दे विच हिस्सा लैण दे द्वारा असी रूपाक दे राहीं एकता दे विच बजे रहिए ऐ प्रभु सारी धरती उत्ते फैली हुई अपनी कलीसिया नूं याद कर अते उस नूं साडे संत पापा फ्रांसिस साडे बिशप फ्रेंको अते सारे पुरोहितां दे नाल प्यार दी संपूर्णता दे विच कायम रख साडे भैण भरावां नूं भी याद कर जिहड़े जीठण दी उम्मीद दे नाल सो गए हन अते उहनां सारिआं नूं भी जो तेरे रहम दे विच मर गए हन इन्हों का तू अपनी हजूरी दे चन्न विच स्वागत कर ऐ प्रभु असी बेनती करते हाँ कि साढ़े सारिआं ते दया कर ता जो धन कुआरी मरियम खुदा दी माँ दे नाल उसे कुआरी दे मुबारक वर संत यूसुफ दे नाल धन रसूलां अते तेरे सारे संतां दे नाल जिन्हां ने सारे युगां दे विच तैनूं खुश कीता है असी सदीवी जीवन दे वारस होण दे हकदार बन जावांगे अते तेरे बेटे यीशु मसीह दे राहीं तेरी वडियाई अते उसत करांगे उस दे राही अते उस दे नाल अते उस दे विच ऐ खुदा पूरी कुदरत वाले बाप रूपाक दी एकता दे विच सब जलाल अते वडियाई तेरी ही है सदा तो सदा तीकर आओ असी खुदा नूं अपना बाप पा के पुकारीए जैसा साडे मुक्तिदाता ने सानू आप सिखाया है ऐ साडे बाप जिहड़ा तू आसमान ते है तेरा नाम पाक मन्या जावे तेरा राज आवे तेरी मर्जी जिस तरह आसमान ते पूरी हुंदी है जमीन ते भी होवे साडे रोज रोटी आज सानू दे
ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ ਸਾਨੂੰ ਸਜ਼ਾ ਨਾ ਦੇ ਬਚਾ ਆਮੀਨ ਹੈ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ ਆਪਣੇ ਰਹਿਮ ਦੇ ਨਾਲ ਸਾਡੇ ਦਿਨਾਂ ਦੇ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਦੇ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਇਸ ਮਸੀਹ ਸਾਡੇ ਮੁਕਤੀ ਦਾਤੇ ਦੀ ਆਉਣ ਦੀ ਉਡੀਕ ਕਰਦੇ ਹਾਂ ਐ ਪ੍ਰਭੂ ਯਿਸੂ ਮਸੀਹਾ ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸੀਆ ਦੀ ਪ੍ਰਾਰਥਨਾ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ ਆਮੇਨ ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਆਓ ਸੀ ਆਪੋ ਵੇ ਸ਼ਾਂਤੀ ਸਲਾਮ ਦੇ ਵੇਖੋ ਖੁਦਾ ਦਾ ਲੇਲਾ ਜਿਹੜਾ ਦੁਨੀਆਂ ਦੇ ਗੁਨਾਹ ਚੁੱਕ ਲੈ ਜਾਂਦਾ ਹੈ ਧੰਨ ਹਾਂ ਸੀ ਜੋ ਉਸਦੇ ਮਹਾਂਭੋਜ ਦੇ ਲਈ ਸੱਦੇ ਗਏ ਹਾਂ ਦੁਆ ਪਾਕਸ਼ ਰਖਤ ਲੈਣ ਤੋਂ ਪਹਿਲਾਂ ਐ ਮੁਬਾਰਕ ਮਰੀਆ ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ ਐ ਸੱਚੀ ਉਸ ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ ਉਸੇ ਤਰ੍ਹਾਂ ਸਾਨੂੰ ਵੀ ਉਸਦੀ ਸੇਵਾ ਕਰਨੀ ਸਿਖਾ ਆਮੀਨ
तू ही तू हो। आँखों में बस तू ही तू हो। सोचों में बस तू ही तू हो। रूमे चलना तू मुझको सिखा जा, मैं सदा तेरी गाऊं, मैं सदा तेरी गाऊं, मैं सदा तेरी गाऊं, मैं सदा तेरी असी प्रार्थना करिए। है प्रभु तू अपने परिवार नू सदीवी जीवन दी इस रोटी तो कदे भी वांझे ना रहन दे। संत मत्तियास दी सिफारिश दे राही तू सानू अपने संतां दी संगत विच शामिल कर, साडे प्रभु येसु मसीह दे राही आमीन। प्रभु थोड़े नाल होवे, अते तुहाडी रूह नाल भी होवे। सर्वशक्तिमान पाक तसलीस खुदा बाप अते बेटा अते रूह पाक तुहानू अपनी बरकतां नाल भरपूर करे। पाकमास दी महान कुर्बानी चढ़ाई गई, मसीह दे प्यार अते शांति दे विच जाओ। शुक्र होवे। दुआ याद कर, याद कर मेहरबान कुमारी मरियम, पैगंबर यीशु से आया कि कोई तेरी पनाह लाते हैं, तेरी मदद चाहते हैं, तेरी सिफारिश मांगते हैं, तेथो खाली गया होवे। ऐ कुआरी कुआरियां दी अते मेरी माँ, मैं सिद्ध सली नाल तेरे को भोजन साउंदा हाँ, कदे तेरे अगे खलोगे मैं गुनाह ही रोता हाँ। ऐ तारी हुए कलाम दी माँ, मेरिया अर्जा नू हकी ना जान, सुगो मेहरबानियां सुनी अते कबूल करी आमीन। पवित्र कुआरी मरियम शांति दी रानी साडे लई दुआ कर। सारे माबूदों में जो, सारे माबूदों में जो शोहरत वाला है, मेरा रब यहोवा है, जो कुदरत वाला है, मेरा रब यहोवा है, जो कुदरत वाला है। बाकी कब्रों के अंदर पड़े हैं मामूद, बाकी कब्रों के अंदर पड़े हैं मामूद, हाँ बाकी कब्रों के अंदर पड़े हैं मामूद, बाकी कब्रों के अंदर पड़े हैं मामूद, मेरा यीशु जिंदा है वो है यहाँ मौजूद, यीशु जिंदा है वो है यहाँ मौजूद, मेरा 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 यीशु जिंदा है वो हशमत वाला है, मेरा यीशु जिंदा है वो हशमत वाला है। सारे माबूदों में जो, सारे माबूदों में जो हजरत वाला है,